ਜਦੋਂ ਨੌਜਵਾਨ ਤੁਰ ਪਏ ਉਦੋਂ ਕੁਰਸੀਆਂ ਤੋਂ ਖਿੱਚ ਲੈਂਦੇ ਆ ਭਾਵੇਂ ਨਰਿੰਦਰ ਮੋਦੀ ਹੋਵੇ ਤੇ ਭਾਵੇਂ ਪ੍ਰਕਾਸ਼ ਬਾਦਲ ਹੋਵੇ ਜਿਵੇਂ ਪ੍ਰਕਾਸ਼ ਬਾਦਲ ਨਾਲ ਪੰਜਾਬ ਦੇ ਵਿੱਚ ਹੋਈ ਹੈ ਜਿਹੜਾ ਦੇ 25 ਸਾਲ ਰਾਜ ਕਰਨ ਦਾ ਉਹਨੂੰ ਆ ਨੌਜਵਾਨਾਂ ਨੇ ਖਿੱਚ ਲਿਆ ਸੀ ਉਹਨਾਂ ਨੂੰ ਜਿਹੜੇ ਸੈਂਟਰ ਦੇ ਸਰਕਾਰਾਂ ਸੀ ਉਹਨਾਂ ਨੂੰ ਤਾਂ ਇੱਕ ਬੰਦੇ ਚਾਹੀਦੇ ਸੀ ਜਿਹੜੇ ਆਪਣੀ ਕੌਮ ਨੂੰ ਦੇ ਸਕਣ ਉਹ ਬਾਦਲ ਨੇ ਕੀਤਾ ਜਿਹੜਾ ਹਰਸਿਮਰਤ ਕੌਰ ਅੱਜ ਪਖੰਡ ਕਰਦੀ ਆ ਵੀ ਮੈਂ ਆਪਣੇ ਬਈ ਅਸਤੀਫਾ ਦੇ ਦਿੱਤਾ ਜੇ ਤੁਸੀਂ ਆਪਣਾ ਅਲਾਈਅੰਸ ਵੀ ਤੋੜੋ ਨਾ बादल की तो गल ही ना करो उन्हों का तो जोड़ा सी बेड़ा गर्क हो चुका अज वो कितने दिस रहे हैं अज आ नौजवान दिस रहे किसान जथेबंदियां दिस रही हैं जां पंथक धिर दिस रही हैं वो कितने दिस रहे अज खुडियां दे विच वड़ गए जिहड़ा 1983 दे विच संत जरनैल सिंह खालसा पिंडरौलिया ने हरिमंदर साहब मोर्च लाया सी उहदे विच वी जिहड़ा आनंदपुर साहब का मता सीगा उहदे विच तीजा जिहड़ा पॉइंट सीगा तीजा पॉइंट ए सीगा ਬਈ ਜਿਹੜਾ ਕਿਸਾਨਾਂ ਦਾ ਜਿਹੜਾ ਕੋਈ ਵੀ ਫਸਲ ਜਿਹੜੀ ਹੈਗੀ ਆ ਉਹਦੇ ਇੱਕ ਨਿਰਧਾਰਤ ਜਿਹੜੇ ਬਈ ਉਹ ਹੋਵੇ ਵੀ ਪੈਸੇ ਹੋਣ ਵੀ ਉਹ ਇਹ ਨਾ ਹੋਵੇ ਵੀ ਤੁਸੀਂ ਆ ਕੇ ਵੀ ਕਹੋ ਜੀ ਇੰਨੀ ਬੋਲੀ ਲੱਗੀ ਜੇ ਇੰਨੀ ਲੱਗੀ ਤਾਂ ਚੱਕਣੇ ਆ ਅੱਜ ਦਾ ਜਿਹੜਾ ਦਿਨ ਸੀ ਪੰਜਾਬ ਬੰਦ ਕਿਸਾਨ ਜਥੇਬੰਦੀਆਂ ਵੱਲੋਂ 31 ਜਥੇਬੰਦੀਆਂ ਵੱਲੋਂ ਇਹ ਬੰਦ ਦਾ ਸੱਦਾ ਦਿੱਤਾ ਗਿਆ ਸੀ ਇਹਨੂੰ ਹਮਾਇਤ ਸਮੁੱਚੀ ਸਿੱਖ ਕੌਮ ਨੇ ਸਮੁੱਚੀਆਂ ਪੰਥਕ ਧਿਰਾਂ ਨੇ ਵੀ ਦਿੱਤੀ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਜਨੈਟਡ ਅਕਾਲੀ ਦਲ ਸਰਬੱਤ ਖਾਲਸਾ ਧਿਰਾਂ ਸੀ ਕਿਉਂਕਿ ਸਾਰੇ ਕਿਸਾਨੀ ਨਾਲ ਜੁੜੇ ਹੋਏ ਆ ਜੋ ਕੇਂਦਰ ਦੇ ਵਿੱਚ ਬੈਠੇ ਆ ਨਰਿੰਦਰ ਮੋਦੀ ਉਹਨਾਂ ਨੇ ਜਿਹੜੇ ਬਿੱਲ ਥੋਪੇ ਗਏ ਆ ਆਰਡੀਨੈਂਸ ਉਹ ਕਿਸਾਨ ਮਾਰੂ ਹੈ ਇਹਦੇ ਨਾਲ ਖੇਤੀ ਤਬਾਹ ਹੋ ਜਾਊਗੀ ਆੜਤੀਏ ਤਬਾਹ ਹੋ ਜਾਣਗੇ ਜੋ ਵੀ ਮਾਰਕੀਟ ਹੈ ਜਾਂ ਮੰਡੀ ਬੋਰਡ ਹੈ ਕੋਈ ਵੀ ਕਿਸਾਨੀ ਨਾਲ ਸੰਬੰਧਿਤ ਕਾਰੋਬਾਰ ਹੈ ਉਹ ਸਾਰਾ ਫੇਲ ਹੋ ਜਾਊਗਾ ਜਿਵੇਂ ਸਰਕਾਰੀ ਸਕੂਲ ਆ ਉਹ ਫੇਲ ਹੋ ਗਏ ਨਾ ਉਸੇ ਤਰ੍ਹਾਂ ਇਹ ਸਾਰਾ ਕਾਰੋਬਾਰ ਹੈ ਫੇਲ ਖੂਨ ਦੇ ਕਿਨਾਰੇ ਜਾ ਵੜੂਗਾ ਇਹ ਰੋਸ ਅੱਗੇ ਕਿੰਨਾ ਕੁ ਤੁਹਾਨੂੰ ਤਿੱਖਾ ਹੁੰਦਾ ਲੱਗ ਰਿਹਾ ਇਹ ਕਿਸ ਪੱਧਰ ਤੱਕ ਪਹੁੰਚ ਸਕਦਾ ਰੋਸ ਕੋਈ ਵੀ ਲੜਾਈ ਆ ਉਹ ਇੱਕ ਦਿਨ ਨਾਲ ਨਹੀਂ ਗੱਲ ਬਣਦੀ ਹੁੰਦੀ ਇੱਥੇ ਗਰੇਵਾਲ ਵੀ ਬੋਲ ਰਿਹਾ ਸੀ ਅਤੇ ਹੋਰ ਵੀ ਬੋਲ ਰਹੇ ਸੀ ਪਰ ਜਿਹੜੇ ਸੰਘਰਸ਼ ਦਾ ਹਿੱਸਾ ਕਿਸੇ ਦਾ ਨਹੀਂ ਰਹੇ ਜਿਵੇਂ ਬਰਗਾੜੀ ਦਾ ਚੱਲਿਆ ਉਹਨਾਂ ਨੇ ਗੱਲ ਕੀਤੀ ਉਹ ਇਹ ਉਹ ਸੰਘਰਸ਼ ਦਾ ਹਿੱਸਾ ਹੀ ਨਹੀਂ ਸੀ ਉਹਨਾਂ ਨੂੰ ਗੱਲ ਨਹੀਂ ਕਰਨੀ ਚਾਹੀਦੀ ਅਤੇ ਜੋ ਇਸੇ ਸੰਘਰਸ਼ ਦੇ ਵਿੱਚ ਸ਼ਾਮਲ ਹੋਇਆ ਇੱਥੇ ਹਰੇਕ ਦਾ ਫਰਜ਼ ਬਣਦਾ ਇੱਥੇ ਆਪਣਾ ਅੱਜ ਆਪਾਂ ਦੇਖ ਰਹੇ ਹਾਂ ਇਕਜੁੱਟ ਹੋਏ ਪਿਆ ਸਾਰਾ ਪੰਜਾਬ ਦਾ ਯੂਥ ਅਤੇ ਇਸ ਦੇ ਵਿੱਚ 70% ਪੰਜਾਬ ਦਾ ਯੂਥ ਇੱਥੇ ਇਕੱਠਾ ਹੋਇਆ ਪਿਆ ਅਤੇ 30% ਇੱਥੇ ਪੰਜਾਬ ਦੇ ਕਿਸਾਨ ਅਤੇ ਕਿਸਾਨ ਯੂਨੀਅਨ ਦੇ ਸਿਆਣੇ ਬੰਦੇ ਮੌਜੂਦ ਨੇ ਜੋ ਇਸ ਚੀਜ਼ ਨੂੰ ਚਲਾ ਰਹੇ ਨੇ ਅਤੇ ਇਸ ਚੀਜ਼ ਨੂੰ ਅੱਗੇ ਕੰਟੀਨਿਊ ਰੱਖਣ ਵਾਸਤੇ ਕੀ ਰਣਨੀਤੀ ਅਪਲਾਈ ਜਾਏਗੀ ਜਦੋਂ ਨੌਜਵਾਨ ਤੁਰ ਪਏ ਉਦੋਂ ਕੁਰਸੀਆਂ ਤੋਂ ਖਿੱਚ ਲੈਂਦੇ ਆ ਭਾਵੇਂ ਨਰਿੰਦਰ ਮੋਦੀ ਹੋਵੇ ਅਤੇ ਭਾਵੇਂ ਪ੍ਰਕਾਸ਼ ਬਾਦਲ ਹੋਵੇ ਜਿਵੇਂ ਪ੍ਰਕਾਸ਼ ਬਾਦਲ ਨਾਲ ਪੰਜਾਬ ਦੇ ਵਿੱਚ ਹੋਈ ਹੈ ਜਿਹੜਾ ਦੇ 25 ਸਾਲ ਰਾਜ ਕਰਨ ਦਾ ਉਹਨੂੰ ਆ ਨੌਜਵਾਨਾਂ ਨੇ ਖਿੱਚ ਲਿਆ ਸੀ ਕੁਰਸੀ ਤੋਂ ਹੁਣ ਉਹ ਡਰਾਮੇ ਕਰਦੇ ਆ ਠੀਕ ਆ ਇੱਥੇ ਨੌਜਵਾਨ ਆਏ ਆ ਹੋਸ਼ ਦੇ ਵਿੱਚ ਰਹਿ ਕੇ ਪੀਸ ਕੁਲ ਤਰੀਕੇ ਦੇ ਨਾਲ ਇਹ ਸੰਘਰਸ਼ ਨੂੰ ਲੰਬਾ ਲੜਨਾ ਪਊਗਾ ਵੀ ਅੱਜ ਹੀ ਨਹੀਂ ਸਾਰਾ ਕੁਝ ਪ੍ਰਾਪਤ ਹੋ ਜਾਊਗਾ ਇਹ ਬਿੱਲ ਹੈ ਰੱਦ ਇਹ ਕਰਨੇ ਪੈਣੇ ਉਹਨਾਂ ਨੂੰ ਪਹਿਲਾਂ ਵੀ ਜੰਮੂ ਦੇ ਵਿੱਚ 300-70 ਤੋੜੀ ਨਾਗਰਿਕਤਾ ਦਾ ਕਾਨੂੰਨ ਬਣਾਤਾ UAP ਕਾਨੂੰਨ ਬਣਾਤਾ ਸਿੱਖਾਂ ਦੇ ਉੱਤੇ ਅਤੇ ਜਾਂ ਮੁਸਲਮਾਨ ਭਰਾਵਾਂ ਦੇ ਉੱਤੇ ਲਾਗੂ ਕਰਤਾ ਸਰ ਇਸ ਚੀਜ਼ ਨੂੰ ਅੱਗੇ ਇੱਕਜੁੱਟ ਰੱਖਣ ਵਾਸਤੇ ਯੂਥ ਹੈ ਯੂਥ ਨੂੰ ਜਿਹੜੇ ਪਾਸੇ ਲਾਓ ਉਸ ਪਾਸੇ ਲੱਗ ਜਾਂਦਾ ਯੂਥ ਹੁਣ ਇੱਕ ਚੰਗੇ ਪਾਸੇ ਤੁਰਿਆ ਹੈ ਪੰਜਾਬ ਦੇ ਹੱਕਾਂ ਲਈ ਖੜਿਆ ਹੈ ਸੜਕਾਂ 'ਤੇ ਉਤਰ ਆਇਆ ਅਤੇ ਇਸ ਚੀਜ਼ ਨੂੰ ਅੱਗੇ ਕੰਟੀਨਿਊ ਰੱਖਣ ਵਾਸਤੇ ਲੋਕ ਯੂਥ ਨੂੰ ਆਪਣੇ ਨਾਲ ਬੰਨੇ ਰੱਖਣ ਵਾਸਤੇ ਕੋਈ ਰਣਨੀਤੀ ਅਪਣਾਈ ਜਾ ਰਹੀ ਹੈ ਤੁਹਾਡੇ ਵੱਲੋਂ ਇਹਦੇ ਵਾਸਤੇ ਪੂਰੀ ਸਹਿਰਦਤਾ ਨਾਲ ਜਿਹੜੇ ਵੀ ਆਗੂ ਤੁਰਨਗੇ ਉਹਨਾਂ ਨੂੰ ਪੂਰਾ ਢੰਗ ਤਰੀਕਾ ਪੂਰੀ ਸੂਝ-ਬੂਝ ਦੇ ਨਾਲ ਚੱਲਣਾ ਪੈਣਾ ਇਹ ਨਹੀਂ ਵੀ ਨਾਰੇ ਲਵਾ ਤੇ ਜਾਂ ਗੱਲ ਗਰਮ ਕਰਤੀ ਇਸ ਤਰੀਕੇ ਨਾਲ ਨਹੀਂ ਮਤਲਬ ਉਹਨਾਂ ਨੂੰ ਤਰੀਕੇ ਦੇ ਨਾਲ ਯੋਜਨਾਬੰਦੀ ਸੰਘਰਸ਼ ਨੂੰ ਕਿਵੇਂ ਲੈ ਕੇ ਜਾਣਾ ਕਿੱਥੇ ਲੈ ਕੇ ਜਾਣਾ ਕਿਵੇਂ ਮੋਰਚਾਬੰਦੀ ਕਰਨੀ ਹੈ ਕਿਵੇਂ ਸਰਕਾਰਾਂ ਦੇ ਖਿਲਾਫ ਗੱਲ ਕਰਨੀ ਹੈ ਅਤੇ ਉਹ ਸਾਰਾ ਤਰੀਕਾ ਜਿਹੜਾ ਅਪਣਾਉਣਾ ਪਊਗਾ ਅਲੱਗ ਅਲੱਗ ਪਾਰਟੀਆਂ ਵੱਲੋਂ ਜਿਵੇਂ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਠੀਕ ਹੈ ਕੈਪਟਨ ਕੋਰਟ ਵਿੱਚ ਪਹੁੰਚ ਚੁੱਕੇ ਨੇ ਕੋਰਟ ਦੀ ਮਦਦ ਲੈ ਰਹੇ ਨੇ ਆਮ ਆਦਮੀ ਪਾਰਟੀ ਵੀ ਸੜਕਾਂ 'ਤੇ ਆ ਰਹੀ ਹੈ ਅਤੇ ਇਹ ਪਾਰਟੀਆਂ ਵੱਲੋਂ ਤੁਸੀਂ ਕੀ ਸਮਝਦੇ ਹੋ ਵੀ ਇਹ ਰੋਟੀਆਂ ਸਿੱਕੀਆਂ ਜਾ ਰਹੀਆਂ ਸਿਆਸਤੀਬਾਜ਼ੀ ਕੀਤੀ ਜਾ ਰਹੀ ਹੈ ਕਿ ਸੱਚੀ ਇਹ ਕਿਸਾਨ ਦੇ ਦੁੱਖ ਨੂੰ ਸਮਝ ਰਹੇ ਨੇ ਬਾਦਲ ਕੀ ਤਾਂ ਗੱਲ ਹੀ ਨਾ ਕਰੋ ਉਹਨਾਂ ਦਾ ਤਾਂ ਜਿਹੜਾ ਸੀ ਬੇੜਾ ਗਰਕ ਹੋ ਚੁੱਕਾ ਹੈ ਹੁਣ ਅੱਜ ਉਹ ਕਿੱਥੇ ਦਿਸ ਰਹੇ ਹੈ ਅੱਜ ਆ ਨੌਜਵਾਨ ਦਿਸ ਰਿਹਾ ਕਿਸਾਨ ਜਥੇਬੰਦੀਆਂ ਦਿਸ ਰਹੀਆਂ ਜਾਂ ਪੰਥਕ ਧਿਰਾਂ ਦਿਸ ਰਹੀਆਂ ਉਹ ਕਿੱਥੇ ਦਿਸ ਰਹੇ ਅੱਜ
खुड्डियां दे विच वड़ गए अस्तीफा कोई नहीं दिता ड्रामा किया ते उन्हां ते नज़र आ जिहड़ी गुरु की वह भी हुण पुट्ठी हो गई है नज़र पट्ठी जे करे सुल्ताना काहो कराएंदा दर मंगण भिख ना पाएंदा उन्हां दी हालत आ दिनों दिन कमजोर हो रही है क्योंकि उन्होंने गुरु का निरादर किया सी अज उह थले आ गए है लोग हुण उन्हां दी जिहड़ी कोई भी गल नहीं सुणदे कैप्टन कैप्टन भी जे सच्चे दिलों है कोई सारिया पार्टियां इतों पंजाब दियां खेतरी पार्टियां जां वड्डियां पार्टियां वह दिल्ली बैठन जाके लोग भी जाणगे जथेबंदियां भी जाणगियां उत्थों हिलणी ना जिन्ने भी लीडर है जे वह किसानां दे हतैसी घोंदे है उत्थे बैठन जाके अज आउंदे इत्थे चलन दिल्ली नूं ये थोड़ा भी बयान देता भी असी विधानसभा च करांगे ये गल्लां लोकसभा ते राजसभा दे विच बिल पास हो चुके हैं तो राष्ट्रपति के साइन तो बाद यह कानून बन जाऊगा इस कानून को किदा पंजाब का किसान अपनाऊगा कि किस तरह इसनों अगे तिखा किया जाऊगा इस रोस में कानून उन्होंने बहुमत उन्होंने को हिंदुत्वी लोग जोड़े आर एस की पॉलिसी चलती है सारा उन्होंने बिल पास कर लेने थोप देने पहला भी थोप लोकसभा बहुमत नाल बीजेपी इस बिल में अगे कर सकती है तो राष्ट्रपति भी जिस तरह इस चीज़ को अगे कर सकते हैं तो इस चीज़ को अपनाऊगा जे कानून पंजाब के उत्ते लागू कर दिया जाता है तो यह चीज़ अपनाई जाऊगी पंजाब के लोगों वालों पंजाब के किसानी वालों राष्ट्रपति ने साइन कर भी सकता जी ते पर जो तो लोग उठ खड़न फिर उन्होंने वापस जोड़ा वो सारा कुछ करना पैंता है पर एक गल मैं इतने होर कहनी चाहना आ जोड़े लोग अज गल कर रहे हैं ये संतान की भी गल कर ले संत बाबा जरनैल सिंह खालसा भिंडराले की असी तो बड़े लंबे सिरे तो कर रहे हैं सरदार सिमरजीत सिंह मान जिहड़ा आनंदपुर का मता सी अकाली दल उदों मता सी जिहड़ा उहदे उत्ते पहरा दिंदा सी उह मंगां ते अज इत्थे गल होई है सारी हरेक मूवमेंट ते जदों चलती है उदों बादल कहिआं ने नाल चलाई संतां नाल जिहड़ा सी संघर्ष उह संबंधित उहनां नाल तालमेल किया पर संतां ने शहीदी दित्ती लखां नौजवान साढ़े आ हक्कां दी खातर उह शहीद होए आ उहनां दा ना वट दा रौला सी ना बन्ने दा रौला सी आ जिहड़ी नहर जिहड़ी हरियाणे नूं जांदी सी इह सुखदेव सिंह बब्बर ने रोकी है जिहड़े मानो चाल अरगे सी जिहड़े उहनां ने कुरबानियां कीतियां उह जिहड़ा आनंदपुर दे मता सी ते उह सारियां बलविंद सिंह जटाणा वह इस हकों की खातर उन्होंने कुरबानियां दित्तियां अज वह गल इतने मुड़ के वह फिर चल रही है असी तो मुढ़ तो ही कह रहे हैं असी धिर जड़ियाँ मुढ़ तो ही इस आनंदपुर के मते की भी गल कर दें आजाद खालसा राज की भी गल कर दें उस बिना कोई हल ही नहीं जी धन्यवाद तो तुम इस चीज़ को किदा देखते हो जो कल यह बिल जे ने जो राष्ट्रपति के साइन हो गए तो इस चीज़ को कानून बना दिया जाएगा पंजाब के उत्ते थोप दिता जाऊगा तो उस चीज़ को मलो मल्ली पंजाब अपना दिखेगा कि इस चीज़ को नकारता दिखेगा वाहिगुरू जी का खालसा वाहिगुरू जी की फतेह पंजाब का एक शुरू तो एक इतिहास रहा जी बहुत लंबा चाहे तुम देश को आजाद कराने दे, देख लो वे दे भी जोड़े पंजाबियों के जोड़े सिर से सारे तो वध लगे 93% जोड़े पंजाबियों के सिर लगे आ उस तो बाद जिहड़ा 1984 के संत जरनैल सिंह खालसा भिंडराले ने इत्थे हरिमंदर साहब मोर्चा लाया सी उहदे विच भी जिहड़ा आनंदपुर साहब का मता सीगा उहदे विच तीजा जिहड़ा पॉइंट सीगा तीजा पॉइंट इह सीगा बई जिहड़ा किसानां दा जिहड़े कोई भी फसल जिहड़ी हैगी आ उहदे इक निर्धारित जिहड़े बई उह होवे भी पैसे होण भी उह इह ना होवे भी तुसीं आ के भी कहो जी इन्नी बोली लगी जी इन्नी लगी तां चक्कणे आ अज तुहाडे नाल अज तुसीं इहदे इत्थे वेख रहे हो बई जिहड़ा इह मोर्चा लग्गिया वा इहदे विच वध तों वध इही गल्लां करीआं जा रहीआं ने जो उस वेले 37 साल पहलां संत जरनैल सिंह खालसा भिंडरा वालिआं ने कीतीआं ये कौम ने अज 37 साल लग गए दोबारा उही गल आपां जिहड़ी लेके आ रहे हैं चाहे अज कर लो चाहे अज तो फिर 10 साल बाद कर लियो गल उत्थे ही मुकनियां भी अपने कौमी घर ते जाके जद तक थोड़े जिहड़े पंजाब दे जिहड़े हक ने पहला नहीं होणगे उदों पहला थोड़ा फिर कुछ नहीं होना कश्मीर दे विच इन्हां ने धक्का करके विखाता मोदी सरकार ने उदों कोई नहीं बोलिया बई पंजाब दी किसानी पंजाब दा यूथ इस चीज़ नूं स्वीकार करूगा कदे भी नहीं करूगा जी उन्होंने ये गल वेख ली सी जिहड़ी 1984 होया दाका होने वेख्या बई जब सिरां दे सिर लगे इन्होंने ऐ सीगा एक बार हरिमंदर साहब ते जिहड़ा हमला करता तो पंजाब जिहड़े पंजाबी आ जां जिहड़े अपने हक मंगण वाले लोग आ उह खत्म हो जाणगे पर फिर पिंड पिंड दे विच इक लहर उठी जिहदे विच नौजवान खड़े हो के जिन्हां ने अपने पंजाब दे हक मंगणे शुरू करे इन्हां ने फिर वह भी मुकाउणे शुरू किए फिर एक जिहड़ा बिट्टू MP आ उह कहिंदा वी जिहड़ा मेरा दादा बई नच्चण गाउण दा कंसैप्ट लै के आया ਉਹ ਉਹਨਾਂ ਨੇ ਇਹ ਕਨਸੈਪਟ
सेंटर वालों जिहड़े आए बई इत्थे पंजाब दे विच नचण गाउण दीआं स्टेजां लाईआं जाण, दारू बत्तबा चलाई जावे तां जो लोक जिहड़े आ इधर नूं तुरन। फिर एक पंज दरियावां दा जिहड़ा अपना पंजाब नूं कहा जांदा छेवां दरिया, इन्हां ने नशे का भी चला के वेख्या बई किवें ना किवें जिहड़ी आ साडी यूथ की जिहड़ी सोच आ उह इह वल इह पक्खां नूं लै के चली जावे, जिहड़े लोक आ बई उह अपने पंजाब दे हक बारे बोलण ही ना। पर अज जिहड़ा आ कट आ इह कट इही दिशाउंदा वा बई सेंटर दी सरकार जिन्ना मर्जी जोर ला लवे पर जिहड़ा यूथ आ उह अपने जिहड़े हक्कां लई अवेयर आ। ये अज जो कट होया ये अज बहुत वड्डी मात्रा विच इत्थे लोक इकट्ठे होए ने, यूथ पंजाब दा इकट्ठा होया ते इस चीज़ नूं बन्नण वास्ते एकजुट अगे रखण वास्ते कोई रणनीति अपनाई जा रही है? देखो जी, श्रोमणी अकाली दल अमृतसर जिहड़े यूथ श्रोमणी अकाली दल सरदार मान साहब जिहड़े सरपंच ने, उन्होंने शुरू तो ही पंजाब दे हक्कां दी गल कीती आ ते करदे रहे आ ते करदे रहणगे जी। पर जिहड़े अपने जिहड़े होर जिहड़ियां जथेबंदियां ने उह जिहड़े अपने लोकां नूं भोले भाले लोकां नूं किसे ना किसे पासे लै जांदे आ, उहनां नूं जां तां जात पात दे विच वी इह उच्ची जात दे साडी छोटी जात आ इह चीज़ां दे विच फसा के रखदे आ। पर असीं कहिंदे आ जे अज वी अजे मौका वा, अज वी जे जाग जाऊंगे ਤਾਂ ਤਾਂ ਆਪਣੇ ਪੰਜਾਬ ਦੇ ਜਿਹੜੇ ਹੱਕ ਆਪਾਂ ਨੂੰ ਮਿਲਦੇ ਰਹਿਣਗੇ ਮਿਲ ਜਾਣਗੇ। ਅਤੇ ਮੋਦੀ ਸਰਕਾਰ ਨੂੰ ਤੁਹਾਡੇ ਵੱਲੋਂ ਕੋਈ ਸੁਨੇਹਾ ਸਰ? ਮੋਦੀ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਹਾਂ, ਜੇ ਤਾਂ ਤੁਸੀਂ ਅੱਜ ਇਹ ਜਿਹੜਾ ਓਰਡੀਨੈਂਸ ਆ ਵਾਪਸ ਕਰ ਲਓਗੇ ਤਾਂ ਚੰਗੇ ਰਹੋਗੇ, ਨਹੀਂ ਤਾਂ ਇੱਥੇ ਮੂੰਹ ਦੀ ਦਰਸ਼ ਹੋਰ ਤਿੱਖਾ ਦਿਖ ਹੋਰ ਤਿੱਖਾ ਦਿਖੂਗਾ ਅਤੇ ਮੂੰਹ ਦੇ ਬਲ 'ਤੇ ਤੁਹਾਨੂੰ ਡਿੱਗਣਾ ਪੈਣਾ ਵਾ। ਇਹ ਤੋਂ ਚੰਗਾ ਤੁਸੀਂ ਅੱਜ ਸਮਝ ਕੇ ਜਿਹੜਾ ਪੰਜਾਬ ਦੇ ਹੱਕ ਆ ਪੰਜਾਬ ਨੂੰ ਦੇ ਦਿਓ ਅਤੇ ਇਹੀ ਤੁਹਾਡੇ ਲਈ ਵਧੀਆ ਰਹੂਗਾ, ਨਹੀਂ ਤਾਂ ਸਾਡੇ ਕੌਮੀ ਘਰ ਬਣਨ ਨੂੰ। ਅੱਜ ਜੋ ਸ਼ੰਭੂ ਬੈਰੀਅਰ 'ਤੇ ਇੱਕ ਵੱਡਾ ਗੁੱਟ ਇੱਕ ਵੱਡਾ ਇਕੱਠ ਦੇਖਣ ਨੂੰ ਮਿਲਿਆ, ਇਹ ਚੀਜ਼ ਕੱਲ੍ਹ ਨੂੰ ਅੱਗੇ ਕਿੱਥੇ ਪ੍ਰਦਰਸ਼ਨ ਜਾਰੀ ਰੱਖਣਾ? ਪ੍ਰਦਰਸ਼ਨ ਤਾਂ ਜੀ ਸਾਡੇ ਜਿਹੜੇ ਹੁਣ ਪਿੰਡਾਂ ਦਾ ਵੀ ਸ਼ੁਰੂ ਹੋਣੇ ਚਾਹੀਦੇ ਆ ਤਾਂ ਜੋ ਸਾਡੇ ਆਮ ਲੋਕਾਂ ਨੂੰ ਜਿਵੇਂ ਅੱਜ ਨੌਜਵਾਨ ਖੜ੍ਹੇ ਹੋਏ ਆ, ਸਾਡੇ ਨੌਜਵਾਨਾਂ ਨੂੰ ਹਰ ਪਿੰਡ ਪਿੰਡ ਤੋਂ ਲਹਿਰ ਚਲਾਉਣੀ ਚਾਹੀਦੀ ਆ। ਕਿਸੇ ਟਾਈਮ ਅੱਜ ਪਾਣੀ ਦਾ ਵੀ ਤੁਸੀਂ SYL ਦਾ ਕਿੰਨਾ ਰੌਲਾ ਪੈਂਦਾ, ਭਾਈ ਬਲਵਿੰਦਰ ਸਿੰਘ ਜਟਾਣਾ ਜਿਨ੍ਹਾਂ ਨੇ ਇਸੇ ਪਾਣੀ ਕਰਕੇ ਆਪਣੀ ਸ਼ਹਾਦਤ ਪਾਈ ਸੀ, ਉਸ ਵੇਲੇ ਜੇ ਉਹ ਉੱਥੇ ਜਿਹੜੇ ਉਹਨਾਂ ਦੇ ਇੰਜੀਨੀਅਰ ਵਗੈਰਾ ਨਾ ਮਾਰਦੇ, ਅੱਜ ਜਿਹੜਾ ਇਹ SYL ਦਾ ਜਿਹੜਾ ਪਾਣੀ ਦਾ ਮੇਨ ਮੁੱਦਾ ਵੀ ਉਹ ਜਾਣਾ ਸੀ, ਉਹ ਫ੍ਰੀ ਦੇ ਵਿੱਚ ਅੱਜ ਪਾਣੀ ਜਿਹੜਾ ਵੀ ਜਾ ਰਿਹਾ ਰਾਜਸਥਾਨ ਨੂੰ ਜਾ ਰਿਹਾ, ਉਹ ਕਿੱਡੇ ਵੱਡੇ ਮੁੱਦੇ ਆ। ਪਰ ਜਿਹੜੇ ਉਹਨਾਂ ਨੂੰ ਜਿਹੜੇ ਸੈਂਟਰ ਦੇ ਸਰਕਾਰਾਂ ਸੀ ਉਹਨਾਂ ਨੂੰ ਤਾਂ ਇੱਕ ਬੰਦੇ ਚਾਹੀਦੇ ਸੀ ਜਿਹੜੇ ਆਪਣੀ ਕੌਮ ਨੂੰ ਵੇ ਸਕਣ, ਉਹ ਬਾਦਲ ਨੇ ਕੀਤਾ, ਜਿਹੜਾ ਹਰਸਿਮਰਤ ਕੌਰ ਅੱਜ ਪਖੰਡ ਕਰਦੀ ਆ ਵੀ ਮੈਂ ਆਪਣੇ ਬਈ ਅਸਤੀਫਾ ਦੇ ਦਿੱਤਾ। ਜੇ ਤੁਸੀਂ ਆਪਣਾ ਅਲਾਇੰਸ ਵੀ ਤੋੜੋ ਨਾ, ਤੁਸੀਂ BJP ਨੇ ਆਪਣਾ ਅਲਾਇੰਸ ਵੀ ਤੋੜੋ। ਅੱਜ ਤੋਂ 10 ਸਾਲ ਪਹਿਲਾਂ ਕੌਣ ਗੱਲ ਕਰਦਾ ਸੀਗਾ ਵੀ RSS ਵੀ ਪੰਜਾਬ ਦੇ ਵਿੱਚ ਵੀ ਅਸੀਂ RSS ਵਾਲਿਆਂ ਜੇ ਆ ਵਾਂ? ਪਰ ਜਦ 10 ਸਾਲ ਪਹਿਲਾਂ BJP ਨਾਲ ਇਹਨਾਂ ਨੇ ਆਪਣਾ ਸਮਰਥਨ ਕੀਤਾ ਅਤੇ ਅੱਜ ਉਹ ਜਿਹੜੀ RSS ਆ ਕੇ ਆਪਣੇ ਪੰਜਾਬ ਦੇ ਵਿੱਚ ਆ ਕੇ ਹਰ ਇੱਕ ਥਾਂ ਦੇ ਵਿੱਚ ਫਸ ਗਈ ਆ। ਸਿਆਸੀ ਪਾਰਟੀਆਂ ਵੱਲੋਂ ਸਿਰਫ ਸਿਆਸਤ ਹੀ ਕੀਤੀ ਜਾ ਰਹੀ ਹੈ, ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਕਿ ਵਾਕਈ ਕਿਸਾਨਾਂ ਪ੍ਰਤੀ ਕੋਈ ਦੁੱਖ ਪ੍ਰਤਾਪ ਹੋ ਰਿਹਾ ਇਹਨਾਂ ਦਾ? ਦੇਖੋ ਜੀ, ਅੱਜ ਆਪਾਂ ਦੇਖ ਰਹੇ ਹਾਂ ਜਿਹੜੇ RSS ਜਿਹੜੇ ਇਹਨਾਂ ਦੇ ਵੱਲੋਂ ਜਿਹੜੇ ਇਹਨਾਂ ਦੇ ਭਾਈਵਾਲਾ BJP ਦਾ ਅਤੇ ਅਕਾਲੀ ਦਲ ਬਾਦਲ ਦਾ, ਉਹ ਕਿਤੇ ਵੀ ਜਾ ਕੇ ਉਹਨਾਂ ਨੇ ਇਹ ਸਟੈਂਡ ਨਹੀਂ ਲਿਆ ਬਈ ਅਸੀਂ ਬਈ ਕਿਸਾਨਾਂ ਦੇ ਨਾਲ ਹਾਂ, ਪੰਜਾਬ ਦੇ ਕਿਸਾਨਾਂ ਦੇ ਨਾਲ ਹਾਂ। ਆਪਣੇ ਇਹ ਹੁਣ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਬਈ ਜਿਹੜੇ ਇਹ ਲੋਕ ਨੇ ਇਹ ਸੈਂਟਰ ਦੇ ਨਾਲੇ ਨੇ, ਇਹ ਕਿਸੇ ਦੇ ਆਪਣੇ ਨਾਲ ਨਹੀਂ, ਆਪਣੇ ਸਿੱਖ ਭਾਈ ਨਾਲ ਨਹੀਂ। ਲੋਕ ਹਿੱਤਾਂ ਨੂੰ ਲੈ ਕੇ ਪੰਜਾਬ ਵਿੱਚ ਕੋਈ ਵੀ ਪਾਰਟੀ ਤੁਹਾਨੂੰ ਲੱਗ ਰਹੀ ਹੈ ਕਿ ਉਹ ਕਰ ਰਹੀ ਹੈ ਕੁਛ ਪੰਜਾਬ ਦੇ ਲਈ, ਪੰਜਾਬ ਦੇ ਨੌਜਵਾਨਾਂ, ਪੰਜਾਬ ਦੇ ਕਿਸਾਨੀ ਨੂੰ ਲੈ ਕੇ ਜਿਹੜਾ ਮੁੱਦਾ ਇਸ ਟਾਈਮ ਸਭ ਤੋਂ ਵੱਧ ਭੱਖ ਰਿਹਾ, ਉਸ ਲਈ ਕੋਈ ਪਾਰਟੀ ਤੁਹਾਡੇ ਲਈ ਲੱਗ ਰਹੀ, ਤੁਹਾਨੂੰ ਲੱਗ ਰਿਹਾ ਕੋਈ ਸਹਾਇਕ ਹੋ ਕੇ ਦਿਖ ਰਹੀ ਹੋਵੇ? ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੇ ਹੁਣ ਤੋਂ ਲੈ ਕੇ ਆਪਾਂ 37 ਸਾਲ ਪਹਿਲਾਂ ਦੀ ਗੱਲ ਕਰ ਲਓ, ਉਦੋਂ ਦੇ ਤੁਸੀਂ ਸਾਡਾ ਇਤਿਹਾਸ ਪੜ੍ਹ ਲਓ ਜਾਂ ਉਹ ਤੋਂ ਪਹਿਲਾਂ ਦਾ ਪੜ੍ਹ ਲਓ ਵੀ ਉਹਦੇ ਵਿੱਚ ਸਾਡਾ ਇੱਕੋ ਇੱਕ ਗੱਲ ਆ, ਅਸੀਂ ਪੰਜਾਬ ਦੇ ਹੱਕਾਂ ਲਈ ਲੜ ਰਹੇ ਹਾਂ। ਲੋਕ ਕਹਿੰਦੇ ਆ ਭਾਵੇਂ ਇਹ ਖਾਲਿਸਤਾਨੀ ਨੇ ਚਾਹੇ ਜੋ ਮਰਜ਼ੀ ਨੇ, ਅਸੀਂ ਇਹੀ ਕਹਿੰਦੇ ਹਾਂ ਵੀ ਸਾਡਾ ਜਦਕਰ ਕੌਮੀ ਘਰ ਨਹੀਂ ਹੋਊਗਾ ਸਾਡਾ ਕੋਈ ਹੱਲ ਨਹੀਂ ਹੈਗਾ, ਕਿਉਂਕਿ ਸੈਂਟਰ ਦੇ ਜਿਹੜੇ ਸ਼ੁਰੂ ਤੋਂ ਗੱਲਾਂ ਬਾਤਾਂ ਆ ਰਹੀਆਂ ਨੇ ਉਹ ਇਹੀ ਆ ਰਹੀਆਂ ਨੇ ਵੀ ਪੰਜਾਬ ਦੀ ਕਿਸਾਨੀ ਨੂੰ, ਪੰਜਾਬ ਦੇ ਜਿਹੜੇ ਨੌਜਵਾਨੀ ਨੂੰ ਕਿਵੇਂ ਨਾ ਕਿਵੇਂ ਖਤਮ ਕਰਿਆ ਜਾਵੇ। ਅੱਜ ਸਾਡੇ ਤਰਕਸ਼ਾਲੀ ਲੋਕ ਜਿਹੜੇ ਆਪਣੇ ਨੌਜਵਾਨ ਨੇ ਉਹ ਕਹਿੰਦੇ ਨੇ ਤੁਸੀਂ ਕੌਮੀ ਘਰ ਦੀ ਗੱਲ ਤਾਂ ਕਰਦੇ ਹੋ ਫਿਰ ਕਿਵੇਂ ਲੈ ਕੇ ਆਉਂਗੇ? ਉਹ ਸਾਡਾ ਬਹੁਤ ਵੱਡਾ ਇਤਿਹਾਸ ਆ, ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਉਹਨਾਂ ਦਾ ਰਾਜ ਆ, ਸਿੱਖ ਰਾਜ ਸੀਗਾ, ਉਹੋ ਜਿਹਾ ਸਾਡਾ ਸਿੱਖ ਰਾਜ ਹੋਊਗਾ। ਉਹਨਾਂ ਨੇ ਕਰਕੇ ਵਿਖਾਇਆ, ਪੂਰੀ ਦੁਨੀਆ ਨੂੰ ਕਰਕੇ ਵਿਖਾਇਆ, ਪੂਰੀ ਦੁਨੀਆ ਮੰਨਦੀ ਵੀ ਜਿਹੜਾ ਉਹ ਰਾਜ ਸੀਗਾ ਉਹ ਇੱਕੋ ਇੱਕ ਰਾਜ ਸੀ ਜਿਹਦੇ ਵਿੱਚ ਅੰਗਰੇਜ਼ ਵੀ ਇੱਥੇ ਆ ਕੇ ਆਪਣੇ ਸ਼ਰਤਾਂ ਮੰਨ ਕੇ ਕੰਮ ਕਰਦੇ ਸੀਗੇ। ਅੱਜ ਸਾਡੀ ਨੌਜਵਾਨੀ ਨੂੰ ਬਾਹਰ ਜਾਣਾ ਪੈਂਦਾ ਕਿਉਂਕਿ ਇਹ ਸੈਂਟਰ ਨੇ ਸਾਡੀਆਂ ਹਾਲਾਤ ਬਣਾ ਦਿੱਤੇ ਆ। ਅਤੇ ਕੁਛ ਅੱਗੇ ਹਾਲਾਤ ਸੁਧਰਦੇ ਦਿਖ ਰਹੇ ਨੇ ਕਿ ਤੁਹਾਨੂੰ ਲੱਗਦਾ ਵੀ ਹੋਰ ਵਿਗੜਨਗੇ? ਸੰਘਰਸ਼ ਕਰਨਾ ਪੈਣਾ ਜੀ, ਹਾਲਾਤ ਸੁਧਰਨਗੇ, ਸੰਘਰਸ਼ ਕਰਨਾ ਪੈਣਾ, ਸਾਰਿਆਂ ਨੂੰ ਇਕਜੁੱਟ ਹੋ ਕੇ ਚੱਲਣਾ ਪੈਣਾ। ਸਰਕਾਰਾਂ ਨੂੰ ਸੰਤਾਂ ਤੋਂ ਇਸੇ ਕਰਕੇ ਡਰ ਲੱਗਦਾ ਸੀ ਕਿਉਂਕਿ ਸੰਤਾਂ ਦੇ ਟਾਈਮ ਸਾਰੇ ਜਥੇਬੰਦੀਆਂ ਇੱਕ ਸਟੇਜ ਥੱਲੇ ਇਕੱਠੀਆਂ ਹੋ ਗਈਆਂ ਸੀ। ਮੋਦੀ ਸਰਕਾਰ ਨੂੰ ਕੋਈ ਸੰਦੇਸ਼? ਸਟੇਜ 'ਤੇ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਆਪਣੇ ਪੰਜਾਬ ਦਾ ਕੋਈ ਹੱਲ ਨਹੀਂ ਹੈਗਾ। ਮੋਦੀ ਸਰਕਾਰ ਨੂੰ ਸਾਡੇ ਵੱਲੋਂ ਕੋਈ ਸੰਦੇਸ਼ ਦਿੱਤਾ ਜਾਵੇ? ਸਾਡੇ ਵੱਲੋਂ ਤਾਂ ਇਹੀ ਸੰਦੇਸ਼ ਹੈ ਵੀ ਤੁਸੀਂ ਪੰਜਾਬ ਦੀ ਜਿਹੜੀ ਰਮਜ ਆ ਸਮਝ ਲਓ ਤਾਂ ਚੰਗੇ ਰਹੋਗੇ, ਨਹੀਂ ਤਾਂ ਤੁਹਾਨੂੰ ਮੂੰਹ ਦੇ ਬਲ ਖਾਣੀ ਪਊਗੀ। ਇਹੀ ਸਾਡਾ ਸੰਦੇਸ਼ ਹੈ ਜੀ। ਵਾਹਿਗੁਰੂ।
ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ